ਹੁਣ ਸਵੇਰ ਕੱਢਾਂਗੇ ਹੁਣ ਨੇਰਾ ਬੜਾ ਹੋ ਗਿਆ ਨਾਲੇ ਥੱਕ ਵੀ ਗਏ ਆ ਖਾਲ ਬੜਾ ਲੰਮਾ ਹੀ ਜਰਾ ਬਣਾਇਆ ਅਸਲਾਮ ਵਾਲੇਕਮ ਕੀ ਹਾਲ ਹੈ ਦੋਸਤੋ ਠੀਕ ਠਾਕ ਹੋ ਅੱਜ ਅਸੀਂ ਕਰਨੀ ਹੈ ਸੇਂਜਾ ਇਸ ਥਾਂ ਵਿੱਚ ਪਾਣੀ ਲਾਉਣਾ ਵੇ ਇੱਥੇ ਅਸੀਂ ਬੀਜਣੀ ਹੈ ਜੈਂਤਰੀ ਅਤੇ ਅੱਗੇ ਤਿੰਨ ਦਿਨਾਂ 'ਚ ਬਾਰਿਸ਼ ਪੈ ਜਾਂਦੀ ਹੈ ਅਤੇ ਬਾਰਿਸ਼ ਨਾਲ ਵੱਤਰ ਆ ਜਾਂਦੀ ਹੈ ਪਹਿਲੇ ਲੇਕਿਨ ਇਸ ਦਫ਼ਾ ਬਾਰਿਸ਼ਾਂ ਨਹੀਂ ਹੋਈਆਂ ਅਤੇ ਇਸ ਵਾਸਤੇ ਅਸੀਂ ਪੀਟਰ ਚਲਾ ਕੇ ਸੇਂਜਾ ਕਰਨੀ ਹੈ ਕਿਉਂਕਿ ਇੱਥੇ ਅਸੀਂ ਬੀਜਣੀ ਹੈ ਜੈਂਤਰੀ ਅਤੇ ਜੈਂਤਰੀ ਅਸੀਂ ਇਸ ਵਾਸਤੇ ਬੀਜਣੀ ਹੈ ਕਿ ਖਾਦ ਦੇ ਤੌੜ 'ਤੇ ਕੰਮ ਆਏਗੀ ਕਿਉਂਕਿ ਜੈਂਤਰੀ ਜਦੋਂ ਐਡੀ ਐਡੀ ਹੋਈ ਜਾਂਦੀ ਨੇ ਐਡੀ ਐਡੀ ਉਹ ਅਸੀਂ ਰੂਟਾਵੇਟਰ ਨਾਲ ਕੁਤਰ ਛੱਡਣੀ ਹੈ ਪੈਲੀ ਦੇ ਵਿੱਚ ਹੀ ਅਤੇ ਉਸ ਜੈਂਤਰੀ ਨੇ ਸਾਨੂੰ ਡੀ ਏ ਪੀ ਦਾ ਵੀ ਕੰਮ ਦੇ ਜਾਣਾ ਯੂਰੀਆ ਦਾ ਵੀ ਕੰਮ ਦੇ ਜਾਣਾ ਕਿਉਂਕਿ ਇੱਥੇ ਅਸੀਂ ਬਾਅਦ 'ਚ ਲਾਉਣੀ ਹੈ ਮੁੰਜੀ ਅਤੇ ਜੈਂਤਰੀ ਜਦੋਂ ਥੱਲੇ ਕਤਰੋਗੀ ਤਕਰੀਬਨ ਇਸ ਟਾਈਮ 11,000 ਦੀ ਡੀ ਏ ਪੀ ਦੀ ਬੋੜੀ ਹੈ 2,500 ਦੀ ਯੂਰੀਆ ਦੀ ਬੋੜੀ ਹੈ ਅਤੇ ਉਹ ਸਾਡੇ ਪੈਸੇ ਬਚ ਜਾਣਗੇ ਮਸਾਲੇ ਦੇ ਇੱਥੇ ਅਸੀਂ ਜੈਂਤਰੀ ਬੀਜ ਛੱਡੀ ਜੈਂਤਰੀ ਤਾਂ ਸਾਡਾ ਬੜਾ ਵੀ ਖਰਚਾ ਆ ਵਿੱਚ ਹੁਣ ਜਿਹੜੀ ਸੇਂਜਾ ਕਰਨੀ ਹੈ ਬੁਆਈ ਵਗੈਰਾ ਪਵਾ ਕੇ ਜ਼ਿਆਦਾ ਤੋਂ ਜ਼ਿਆਦਾ 3,000 ਸਾਡਾ ਖਰਚਾ ਆਉਣਾ ਅਤੇ ਕਮ ਅਜ਼ ਕਮ ਸਾਡਾ 11,000 ਦਾ ਫਾਇਦਾ ਹੋ ਜਾਣਾ ਵੇ ਅਤੇ ਤਾਕਤ ਵੀ ਮਸਾਲੇ ਨਾਲੋਂ ਜ਼ਿਆਦਾ ਹੋਣੀ ਆ ਉਹਦੇ ਵਾਸਤੇ ਸਾਨੂੰ ਖਾਲ ਬਣਾਉਣਾ ਪੈਣਾ ਵੇ ਖਾਲ ਬਹੁਤ ਗੰਦਾ ਇਹਦੇ ਵਿੱਚ ਹੁੰਦੀ ਪਾਣੀ ਨਹੀਂ ਲੰਘਣਾ ਅਤੇ ਇਸ ਵਾਸਤੇ ਹੁਣ ਖਾਲ ਬਣਾ ਲਾਂਗੇ ਖਾਲ ਬਣਾਉਣੀ ਸ਼ਾਮੀ ਅਸੀਂ ਇਸ ਵਾਸਤੇ ਆਏ ਹਾਂ ਕਿ ਦਿਨੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਗਰਮੀ ਵਿੱਚ ਖਾਲ ਨਹੀਂ ਬਣਦਾ ਅਤੇ ਅੱਲਾ ਦਾ ਨਾਂ ਲਿਆ ਕਰਨੇ ਸ਼ੁਰੂ ਘੰਟੇ ਡੇਢ ਦੇ ਵਿੱਚ ਅਸੀਂ ਖਾਲ ਬਣਾ ਲੈਣਾ ਬਿਸਮਿਲ੍ਲਾਹਿ ਰਹਿਮਾਨ ਰਹੀਮ ਹੁਣ ਨੇਰਾ ਬੜਾ ਹੋ ਗਿਆ ਨਾਲੇ ਥੱਕ ਵੀ ਗਏ ਹਾਂ ਖਾਲ ਬੜਾ ਲੰਮਾ ਹੀ ਜਰਾ ਬਣਾਇਆ ਦਹਾੜੇ ਤੁਹਾਨੂੰ ਸਾੜਾ ਵਹਾ ਨਹੀਂ ਸਕਦੇ ਅਤੇ ਤਿੰਨਾਂ ਘੰਟਿਆਂ ਦੀ ਵੀਡੀਓ ਬਣ ਜਾਂਦੀ ਹੈ ਜਿੱਡਾ ਲੰਮਾ ਖਾਲ ਹੀ ਬਾਕੀ ਇਨਸ਼ਾਲਾ ਸੁਬਹ ਆਵਾਂਗੇ ਇਹਦੀ ਸਫਾਈ ਕਰਕੇ ਇਹਦੇ ਵਿੱਚ ਪਾਣੀ ਲੰਘਾ ਕੇ ਅਸੀਂ ਆਪਣੀ ਪੈਲੇ ਨੂੰ ਸੇਂਜਾ ਕਰਨਾ ਅੱਛਾ ਯਾਰ ਰਾਤੀ ਸਾਨੂੰ ਲੇਟ ਵਾਹਵਾ ਹੋ ਗਈ ਦੀ ਨੇਰਾ ਪੈ ਗਿਆ ਸੀ ਤਾਂ ਰਾਤੀ ਅਸੀਂ ਤੁਰ ਗਏ ਹਾਂ ਹੁਣ ਅਸੀਂ ਆ ਕੇ ਪੀਟਰ ਚਲਾਉਣ ਲੱਗੇ ਅਤੇ ਹੁਣ ਪਾਣੀ ਵਾਲਾ ਕੰਮ ਸ਼ੁਰੂ ਕਰੀਏ ਯਾਰ ਪਾਣੀ ਸਾਡਾ ਪੈਲੀ ਵਿੱਚ ਪਹੁੰਚ ਗਿਆ ਵੀ ਇਹ ਵਾਲੀ ਪੈਲੀ ਅਸੀਂ ਸਾੜੀ ਸੇਂਜਾ ਕਰਨੀ ਹੈ ਸਾੜੀ ਵਾਲੀ ਤਕਰੀਬਨ 3-4 ਘੰਟੇ ਲੱਗਣੇ ਨੇ ਅੱਛਾ ਯਾਰ ਥਾਂ ਸਾਡਾ ਸਾੜੀ ਪੀਚ ਗਿਆ ਵੇ ਸਾਡੇ ਥਾਂ ਨੂੰ ਪਾਣੀ ਲੱਗ ਗਿਆ ਪੀਚ ਗਿਆ ਵੇ ਅਤੇ ਹੁਣ ਜਾ ਕੇ ਅਸੀਂ ਪੀਟਰ ਬੰਦ ਕਰਨਾ ਵੇ ਪਹਿਲਾਂ ਥਾਂ ਸਾਡਾ ਓਕੇ ਵੇ ਤਕਰੀਬਨ ਜਿੰਨੀ ਗਰਮੀ ਪੈਂਦੀ ਪਈ ਹੈ 3-4 ਦਿਨਾਂ ਤੱਕ ਨਵੱਤਰ ਆਈ ਜਾਣਾ ਵੇ ਅਤੇ ਇਨਸ਼ਾਲਾ ਫਿਰ 3-4 ਦਿਨਾਂ ਬਾਅਦ ਇੱਥੇ ਬੀਜਾਂਗੇ ਜੈਂਤਰੀ ਅਤੇ ਉਹਦੀ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ
यार मैं तमाम दोस्तों नूं कहना चाहना वा कि मेरे चैनल नूं लाजमी सबसक्राइब करो, लाइक भी करो, कमेंट भी करो, घंटी दे निशान नूं प्रेस कर लो ताकि आने वाली मेरी हर नई वीडियो तुहानूं बड़ वक्त मिलती रहे, क्योंकि मैं रेगूलर अपना हर रोज़ एक वीलाग अपलोड करना हुंदा वे। ठीक हो गया दोस्तों, ओके, अस्सलामुअलैकुम, अल्लाह हाफिज़।